ਸ਼ਤਸ਼ਰੀਆ ਕਾਲ ਦੋਸਤੋ ਇੱਕ ਵਾਰ ਤੋਂ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦਿਨ ਭਰ ਦੀਆਂ ਤਾਜ਼ਾ ਖਬਰਾਂ ਤੇ ਮੈਂ ਹਾਂ ਬਲਵਿੰਦਰ ਬਾਬਾ ਤੇ ਲੈ ਕੇ ਹਾਜ਼ਰ ਹੋਇਆ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਦਿਨ ਭਰ ਦੀਆਂ ਤਾਜ਼ਾ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰੋ ਕਿਉਂਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ ਪਰ ਸਾਨੂੰ ਇਸ ਨਾਲ ਮੋਟੀਵੇਸ਼ਨ ਮਿਲੇਗਾ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਇਸੇ ਤਰ੍ਹਾਂ ਪੰਜਾਬ ਦੀਆਂ ਜਈਆਂ ਹੋਰ ਵੱਡੀਆਂ ਤਾਜ਼ਾ ਖਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਿਾਂਗੇ ਤਾਂ ਸ਼ੁਰੂਆਤ ਕਰ ਲੈਣਾ ਜੀ ਪੰਜਾਬ ਦੀ ਸਭ ਤੋਂ ਪਹਿਲੀ ਅਤੇ ਵੱਡੀ ਖਬਰ ਤੋਂ ਪਿਤਾ ਨੂੰ ਪਾਕਿਸਤਾਨੀ ਨੰਬਰ ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਪਾਕਿਸਤਾਨ ਦੇ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਮੂਸੇਵਾਲੇ ਦੀ ਮੌਤ ਨੂੰ ਕਰੀਬ 2 ਮਹੀਨੇ ਬੀਤ ਚੁੱਕੇ ਹਨ ਪਰ ਪ੍ਰਸ਼ਾਸਕ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇਵਾਲਾ ਵਿਖੇ ਉਹਨਾਂ ਦੇ ਮਾਤਾ ਪਿਤਾ ਕੋਲ ਅਫਸੋਸ ਪ੍ਰਗਟਾਉਣ ਅਤੇ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਆਉਂਦੇ ਰਹਿੰਦੇ ਹਨ ਸੂਤਰਾ ਨਹੀਂ ਮੰਨੀ ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਕਿਸਤਾਨੀ ਨੰਬਰ ਤੋਂ ਧਮਕੀ ਮਿਲੀ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮੂਸੇਵਾਲਾ ਕੋਲ ਪਹੁੰਚਾਉਣ ਦੀ ਗੱਲ ਕਹੀ ਗਈ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਪੁਲਿਸ ਨੇ ਜਿਸ ਦੇ ਤਹਿਤ ਜਾਂਚ ਕਰਨੀ ਸ਼ੁਰੂ ਕਰਤੀ ਹੈ ਅਗਲੀ ਖਬਰ ਅਗਸਤ ਮਹੀਨੇ ਵਿੱਚ ਕੁੱਲ 3 ਨੰਨੇ ਬੈਂਕ ਬੰਦ ਜਾਣਗੇ ਜੇ ਕੋਈ ਜੁੜੀ ਕੰਮ ਕਰਨਾ ਤਾਂ ਜੁਰ ਦੇਖੋ ਲਿਸਟ ਸਾਲ 2022 ਦਾ 8ਵਾਂ ਮਹੀਨਾ ਸ਼ੁਰੂ ਹੋਣ ਵਾਲਾ ਹੈ ਜ ਜਿਹੇ ਵਿੱਚ ਜੇ ਤੁਹਾਨੂੰ ਇਸ ਮਹੀਨੇ ਬੈਂਕ ਦੇ ਨਾਲ ਕੁਝ ਜ਼ਰੂਰੀ ਕੰਮ ਨਾਲ ਜਿੱਟਣਾ ਹੈ ਤਾਂ ਇਸ ਮਹੀਨੇ ਦੀ ਬੈਂਕ ਦੀਆਂ ਛੁੱਟੀਆਂ ਦੀ ਸੂਚੀ ਜਰੂਰ ਦੇਖੋ ਇਸ ਨਾਲ ਤੁਸੀਂ ਆਪਣੇ ਕੰਮ ਨੂੰ ਸਮੇਂ ਤੋਂ ਪਹਿਲਾਂ ਹੀ ਨਿਪਟਾਓਗੇ ਅਤੇ ਬਾਅਦ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਅਨੁਸਾਰ ਇਸ ਮਹੀਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕੁੱਲ 13 ਦਿਨ ਦੇ ਲਈ ਬੈਂਕ ਬੰਦ ਰਹਿਣਗੇ ਦੱਸ ਦੇ ਕਿ ਅਗਸਤ ਮਹੀਨੇ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਤਿਉਹਾਰ ਮਨਾਏ ਜਾਂਦੇ ਹਨ ਇਸ ਵਿੱਚ ਸੁਤੰਤਰਤਾ ਦਿਵਸ 2022 ਰੱਖਿਆ ਬੰਧਨ ਜਨਮ ਅਸ਼ਟਮੀ ਵਰਗੇ ਤਿਉਹਾਰ ਸ਼ਾਮਲ ਹਨ ਜੇ ਤੁਸੀਂ ਇਸ ਮਹੀਨੇ ਬੈਂਕ ਨਾਲ ਸੰਬੰਧਿਤ ਜ਼ਰੂਰੀ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਦੱਸ ਦੇ ਕਿ ਇਸ ਮਹੀਨੇ ਦੀਆਂ ਛੁੱਟੀਆਂ ਦੀ ਲਿਸਟ ਬਾਰੇ ਜਾਣਕਾਰੀ ਦੇ ਰਹੇ ਹਾਂ ਸ਼ਨੀਵਾਰ ਤੇ ਐਤਵਾਰ ਸਮੇਤ ਵੀ ਇਸ ਮਹੀਨੇ ਕੁੱਲ 13 ਦਿਨ ਬੈਂਕ ਦਾ ਬੰਦ ਰਹਿਣਗੇ ਤਾਂ ਦੋਸਤੋ 1 ਅਗਸਤ ਦਰੋਪਾਕਾ ਸੀਜੀ ਤਿਉਹਾਰ ਗੰਗਸਟੋਕ 7 ਅਗਸਤ ਨੂੰ 8 ਅਗਸਤ 9 ਅਗਸਤ 11 ਅਗਸਤ 13 ਅਗਸਤ 14 15 16 18 21 28 ਤੇ 31 ਅਗਸਤ ਨੂੰ ਛੁੱਟੀ ਰਹੇਗੀ। ਅਗਲੀ ਖਬਰ ਸਕੂਲਾਂ ਵਿੱਚ ਮੋੜ ਬਦਲਣ ਲੱਗਿਆ ਕਰੋਨਾ ਮੁਹਾਲੀ ਸਰਕਾਰੀ ਸਕੂਲ ਦੇ 21 ਵਿਦਿਆਰਥੀ ਆਏ ਕਰੋਨਾ ਪੋਜ਼ਿਟਿਵ 10 ਦਿਨਾਂ ਦੇ ਲਈ ਸਕੂਲ ਕੀਤੇ ਬੰਦ ਲਾਲ ਲੂ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਤੋਂ ਮੁਹਾਲੀ ਦੇ 21 ਵਿਦਿਆਰਥੀ ਦੀ ਕੋਵਿਡ-19 ਨੇ ਪੋਜ਼ਿਟਿਵ ਰਿਪੋਰਟ ਆਉਣ ਤੋਂ ਬਾਅਦ ਸਕੂਲ ਬੰਦ ਕਰਤੇ ਗਏ ਨੇ ਕਲਾਸਾਂ ਬੰਦ ਕੀਤੀਆਂ ਨੇ ਸਿਵਲ ਸੱਜਣਾਂ ਨੇ ਦੱਸਿਆ ਕਿ ਇਤਿਹਾਤ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਅਗਲੇ 10 ਦਿਨਾਂ ਲਈ ਕਲਾਸਾਂ ਬੰਦ ਕਰਨ ਦੀ ਲਈ ਆਰਡਰ ਜਾਰੀ ਕੀਤੇ ਨੇ ਬੀਤੇ ਦਿਨ ਦੋਸ ਦੱਸਦੇ ਕਿ ਲਾਲ ਲਡੂ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਹੀ ਵਿਦਿਆਰਥੀ ਕੋਵਿਡ-19 ਦੇ ਨਾਲ ਸਕਾਰਮਤ ਤਪਾਇਆ ਗਿਆ ਜਿਸ ਤੋਂ ਬਾਅਦ ਸਕੂਲ ਦੀਆਂ ਕਲਾਸਾਂ ਨੂੰ 10 ਦਿਨਾਂ ਲਈ ਬੰਦ ਕੀਤਾ ਗਿਆ ਜਦਕਿ ਸਕੂਲ ਸਟਾਫ ਦੇ ਸਾਰੇ ਵਿਦਿਆਰਥੀਆਂ ਨੂੰ ਕਰੋਨਾ ਟੈਸਟ ਕਰਵਾਉਣ ਦੇ ਲਈ ਕਿਹਾ ਗਿਆ ਸੀਗਾ ਦੱਸਦੇ ਕਿ ਮੰਗਲਵਾਰ ਨੂੰ ਪੰਜ ਦਾ ਕਰੋਨਾ ਟੈਸਟ ਪੋਜ਼ਿਟਿਵ ਆਇਆ ਤਾਂ ਸਿਹਤ ਅਧਿਕਾਰੀਆਂ ਵੱਲੋਂ ਹਲਾਏ ਹੋਰ ਸੈਂਪਲ ਵਿੱਚ ਜਿੱਥੇ ਹੋਰ ਵੀ 16 ਵਿਦਿਆਰਥੀ ਕਰੋਨਾ ਪੋਜ਼ੀਟਿਵ ਪਾਏ ਗਏ ਨੇ ਅਗਲੀ ਖਬਰ ਦ੍ਰੋਪਦੀ ਮੁਰਮੂ ਭਾਰਤ ਦੀ ਪਹਿਲੀ ਮਹਿਲਾ ਆਦੀਵਾਸੀ ਰਾਸ਼ਟਰਪਤੀ ਬਣੀ ਜਸਵੰਤ ਸਿੰਘਾ ਨੂੰ ਹਰਾਇਆ ਤਾਂ ਦੋਸਤੋ ਐਨਡੀਏ ਉਮੀਦਵਾਰ ਦਰੋਪਦੀ ਮੁਰਮੂ ਰਾਸ਼ਟਰਪਤੀ ਚੋਣ ਜਿੱਤ ਗਈ ਹਨ ਉਹ ਭਾਰਤ ਦੀ ਪਹਿਲੀ ਮਹਿਲਾ ਆਦੀਵਾਸੀ ਰਾਸ਼ਟਰਪਤੀ ਹੋਣਗੀਆਂ ਉਹਨਾਂ ਨੇ ਵਿਰੋਧੀ ਧਿਰ ਦੇ ਉਮੀਦਵਾਰ ਜਸਵੰਤ ਸੇਨ ਨੂੰ ਵੱਡੇ ਫਰਕ ਨਾਲ ਹਰਾਇਆ ਤੀਜੇ ਗੇੜ ਦੀ ਗਿਣਤੀ ਵਿੱਚ ਉਹਨਾਂ ਨੂੰ ਰਾਸ਼ਟਰਪਤੀ ਬਣਨ ਲਈ ਲੋੜੀਂਦੀਆਂ 50% ਦੀ ਵੋਟਾਂ ਮਿਲ ਗਈਆਂ ਹਨ ਵੋਟਾਂ ਦੀ ਗਿਣਤੀ ਦਾ ਅਜੇ ਇੱਕ ਦੌਰ ਬਾਕੀ ਹੈ ਪਰ ਇਹ ਸਿਰਫ ਇੱਕ ਰਸਮੀ ਹੀ ਇਹ ਕੋਲ ਤਿੰਨ ਰਾਊਂਡ ਦੀ ਗੱਲ ਕਰੀ ਤੇ ਕੁੱਲ ਵੋਟਾਂ 32 3219 ਹਨ ਇਨਾਂ ਦੀ ਵੈਲਿਊ 838839 ਸੀ ਇਸ ਵਿੱਚੋਂ ਦਰੋਪਦੀ ਮਰਮੂ ਨੂੰ 2161 ਵੋਟਾਂ ਮੁੱਲ 570777 ਮਿਲੀਆਂ ਜਦੋਂ ਕਿ ਜਸਵੰਤ ਸੇਨਾ ਨੂੰ 1058 ਵੋਟਾਂ ਮੁੱਲ 261000 62 ਮਿਲੀਆਂ ਦੱਸ ਦिए ਕਿ ਨਵੇਂ ਰਾਸ਼ਟਰਪਤੀ 25 ਜੁਲਾਈ ਨੂੰ 100 ਚੌਕ ਸਮਾਗਮ ਕਰਨਗੇ ਤੇ ਉੱਥੇ ਦੋਸਤੋ 100 ਚੱਕਣਗੇ ਤਾਂ ਦੋਸਤੋ ਇਸ ਹਨ ਸਮੇਂ ਦੀ ਸਭ ਤੋਂ ਵੱਡੀ ਨਵੀਂ ਤਰ੍ਹਾਂ ਖਬਰਾਂ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦੇ ਵੀ ਬੰਦ ਰਹਿ ਮਾਡਾ ਬਹੁਤ ਬਹੁਤ ਧੰਨਵਾਦ ਚਿੰਤਾ ਇਸ